ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ। ਅੱਜ ਭਵਾਨੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਗੁਨਿੰਦਰਜੀਤ ਸਿੰਘ ਮਿੰਕੂ ਯਵਦਾ ਨੇ ਸਿਵਲ ਹਸਪਤਾਲ ਭਵਾਨੀਗੜ੍ਹ ਨੂੰ ਆਪਣੀ ਟੀਮ ਨਾਲ ਸੈਨੇਟਾਈਜ਼ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿੰਕੂ ਯਵਦਾ ਨੇ ਕਿਹਾ ਕਿ ਅੱਜ ਦੁਨੀਆ ਸਮੇਤ ਸੂਬੇ ਭਰ ਵਿੱਚ ਕੋਰੋਨਾ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਉੱਥੇ ਹੀ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਜਨਤਾ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਫੇਲ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਅੱਜ ਕੋਰੋਨਾ ਸੰਕਟ ਦੇ ਦੌਰਾਨ ਹਰੇਕ ਮਨੁੱਖ ਦਾ ਇੱਕ ਦੂਜੇ ਦੀ ਸਹਾਇਤਾ ਕਰਨ ਦਾ ਪਹਿਲਾ ਫਰਜ਼ ਬਣਦਾ ਹੈ। ਭਵਾਨੀਗੜ੍ਹ ਤੋਂ ਮਲਕੀਤ ਕੌਰ ਮਾਝੀ ਦੀ ਰਿਪੋਰਟ। ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸਰ, ਜਿਵੇਂ ਹਸਪੀਟਲ ਦੇ ਵਿੱਚ ਸੈਨੀਟਾਈਜੇਸ਼ਨ ਕਰਵਾਇਆ ਜਾ ਰਿਹਾ, ਕੀ ਕਹਿਣਾ ਚਾਹੋਗੇ? ਬਹੁਤ ਅੱਛੀ ਗੱਲ ਹੈ, ਅੱਛਾ ਉਪਰਾਲਾ ਹੈ ਜੋ ਵੀ ਕਰ ਰਹੀ ਹੈ, ਜਿਹੜੀ ਵੀ ਸੰਸਥਾ ਕਰ ਰਹੀ ਹੈ, ਅਸੀਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਮਨਾਉਂਦੇ ਹਾਂ ਕਿ ਉਹਨਾਂ ਨੇ ਇਸ ਚੀਜ਼ ਨੂੰ ਸਟੈਪ ਚੱਕਿਆ। ਅੱਛੀ ਗੱਲ ਹੈ ਕਿ ਜਿਹੜੀ ਚੀਜ਼ ਬਾਰੇ ਸੋਚਿਆ ਜਾ ਰਿਹਾ ਹੋਸਪਿਟਲ ਦੀ ਸੈਨੀਟਾਈਜੇਸ਼ਨ ਦੇ ਨਾਲ ਨਾਲ, ਮੈਂ ਇਹ ਵੀ ਕਹਿਣਾ ਚਾਹੂੰਗਾ ਵੀ ਲੋਕ ਆਪਣੀ ਵੀ ਹਾਈਜੀਨ ਦਾ ਧਿਆਨ ਦੇਣ, ਮਾਸਕ, ਸੋਸ਼ਲ ਡਿਸਟੈਂਸਿੰਗ, ਇਹ ਚੀਜ਼ਾਂ ਨੂੰ ਜ਼ਰੂਰ ਫੋਲੋ ਕਰਨ। ਵੈਕਸੀਨੇਸ਼ਨ ਬਾਰੇ ਵੈਕਸੀਨੇਸ਼ਨ ਵਾਸਤੇ ਮੈਂ ਲੋਕਾਂ ਨੂੰ, ਮਜੋਰਟੀ ਨੂੰ ਇਹ ਅਪੀਲ ਕਰੂੰਗਾ, ਜਿੰਨਾ ਹੋ ਸਕੇ ਵੱਧ ਤੋਂ ਵੱਧ ਵੈਕਸੀਨ ਲਵਾਓ, ਵੱਧ ਚੜ੍ਹ ਕੇ ਆਓ। ਜਿੰਨੀ ਸਾਡੇ ਤੋਂ, ਅਸੀਂ ਕੱਲ੍ਹ ਵੀ ਵੈਕਸੀਨ ਵਾਧੂ ਲਾਈ ਹੈ, ਮਾਰਕੀਟ ਕਮੇਟੀ 'ਚ ਵੀ ਲਾਈ ਹੈ, ਦੋ ਦਿਨਾਂ ਤੋਂ ਲੱਗ ਰਹੀ ਹੈ, ਰੈਗੂਲਰ ਪੰਜਾਬ ਸਰਕਾਰ ਵੀ ਇਸ ਚੀਜ਼ ਦਾ ਉਪਰਾਲਾ ਕਰ ਰਹੀ ਹੈ, ਕਿਉਂਕਿ ਆਪਾਂ ਜੇ ਇਹ ਚੇਨ ਨੂੰ ਬ੍ਰੇਕ ਕਰਾਂਗੇ ਤਾਂ ਹੀ ਆਪਾਂ ਕਰੋਨਾ 'ਤੇ ਨੱਕ ਪਾ ਸਕਦੇ ਹਾਂ, ਨਹੀਂ ਤਾਂ ਤੁਹਾਨੂੰ ਪਤਾ ਹੈ ਬਿਮਾਰੀ ਬਹੁਤ ਹੀ ਭਿਆਨਕ ਚੱਲ ਰਹੀ ਹੈ। ਵੈਕਸੀਨੇਸ਼ਨ ਨੂੰ ਲੈ ਕੇ ਲੋਕਾਂ 'ਚ ਡਰ ਬਹੁਤ ਪਾਇਆ ਜਾ ਰਿਹਾ, ਕੀ ਕਹੋਗੇ? ਦੇਖੋ ਸਰ, ਤੁਸੀਂ ਮੀਡੀਆ ਦੇ ਥਰੂ ਮੈਂ ਇਹ ਗੱਲ ਕਹਿਣੀ ਚਾਹੂੰਗਾ, ਇੱਕ ਤੁਸੀਂ ਵੀ ਇੱਕ ਉਹ ਜ਼ਰੀਆ ਹੋ, ਠੀਕ ਹੈ, ਤੁਸੀਂ ਇਸ ਚੀਜ਼ ਨੂੰ ਇੱਕ ਪੋਜ਼ਿਟਿਵ ਸੈਂਸ ਲੋਕਾਂ ਦੇ ਅੰਦਰ ਭਰੋ ਵੀ ਵੈਕਸੀਨ ਨਾਲ ਕੋ, ਜੇ ਤੁਹਾਨੂੰ ਕੱਲ੍ਹ ਨੂੰ ਵੈਕਸੀਨ ਤੋਂ ਬਾਅਦ 'ਚੋਂ ਕੁਛ ਕੋਈ ਪ੍ਰੋਬਲਮ ਆਉਂਦੀ ਹੈ, ਇੱਕ ਅੱਧਾ ਦਿਨ ਫੀਵਰ ਫੀਵਰ ਰਹਿੰਦਾ, ਹੋਰ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਮੈਂ ਖੁਦ ਲਵਾ ਰੱਖੀ ਹੈ, ਸਾਰੀ ਦੁਨੀਆ ਨੇ ਲਵਾ ਰੱਖੀ ਹੈ, ਜੇ ਉਦੋਂ ਬਾਅਦ 'ਚੋਂ ਤੁਹਾਨੂੰ ਵੈਕਸੀਨ ਤੋਂ ਬਾਅਦ 'ਚੋਂ ਤੁਹਾਨੂੰ ਜੇ ਪ੍ਰੋਬਲਮ ਆਉਂਦੀ ਹੈ, ਉਸ ਮਤਲਬ ਜੇ ਕੋਵਿਡ ਹੁੰਦਾ ਵੀ ਐਸਾ, ਮਤਲਬ ਪੋਸਟ ਵੈਕਸੀਨੇਸ਼ਨ ਵੀ, ਤਾਂ ਤੁਹਾਨੂੰ ਸੀਰੀਅਸ ਇਲਨੈਸ ਤੋਂ ਬਹੁਤ ਬਚਾਅ ਹੋ ਜੂ। ਸਰ, ਵੈਕਸੀਨ ਲੱਗਣ ਤੋਂ ਬਾਅਦ ਜਿਹੜਾ ਡੈਥਾਂ ਹੋ ਰਹੀਆਂ ਨੇ ਲੋਕਾਂ 'ਚ ਬੜਾ, ਇਹਦੀ ਸਰ ਉਹ ਇਹ ਗੱਲ ਨਹੀਂ, ਵੈਕਸੀਨ ਤੋਂ ਬਾਅਦ 'ਚੋਂ ਤੁਸੀਂ ਮੈਨੂੰ ਡਾਟਾ ਦਿਓ ਕਿੰਨਾ ਹੀ ਡੈਥ ਹੋਈ ਹੈ, ਤੁਹਾਡੇ ਕੋਲ ਡਾਟਾ ਹੈ? ਅੱਜ ਜੀ ਅਸੀਂ ਜੋ ਸਾਡੇ ਅਰਵਿੰਦ ਕੇਜਰੀਵਾਲ ਜੀ ਨੇ, ਸਾਡੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਸਾਡੇ LOP ਚੀਮਾ ਜੀ, ਅਸੀਂ ਉਹਨਾਂ ਦੀ ਜੋ ਸੋਚ ਹੈ ਕਿ ਲੋਕਾਂ ਦੀ ਸੇਵਾ ਕਰਨੀ ਹੈ, ਲੋਕਾਂ ਦੇ ਲਈ ਕੁਛ ਕਰਨਾ ਹੈ, ਉਸ ਦੀ ਸੋਚ ਨੂੰ, ਸੋਚ 'ਤੇ ਪਹਿਰਾ ਦਿੰਦੇ ਹੋਏ ਆਮ ਆਦਮੀ ਪਾਰਟੀ ਸੰਗਰੂਰ ਦੇ ਜਿੰਨੇ ਵੀ ਵਲੰਟੀਅਰ ਨੇ, ਭਵਾਨੀਗੜ੍ਹ ਸੰਗਰੂਰ ਦੇ ਪੂਰੇ ਹਲਕੇ ਦੇ ਜਿਹੜੇ ਵਲੰਟੀਅਰ ਨੇ, ਇਹਨਾਂ ਨੇ ਅੱਜ ਬੈਠ ਕੇ ਪਲੈਨਿੰਗ ਕੀਤੀ ਅਤੇ ਅਸੀਂ ਇੱਕ ਮਿਸ਼ਨ ਬਣਾਇਆ ਕਿ ਜਿੰਨੀਆਂ ਵੀ ਸੰਗਰੂਰ ਹਲਕੇ ਦੇ ਵਿੱਚ ਪਬਲਿਕ ਪਲੇਸਿਸ ਨੇ ਜਿੱਥੇ ਲੋਕਾਂ ਦੀ ਆਵਾਜਾਈ ਵੱਧ ਹੈ, ਉਸ ਸਾਰੀਆਂ ਪਲੇਸਿਸ ਨੂੰ ਅਸੀਂ ਸੈਨੀਟਾਈਜ਼ ਕਰਾਂਗੇ ਆਪਦੇ ਵੱਲੋਂ, ਜਿਵੇਂ ਕਿ ਉਹਦੇ ਵਿੱਚ ਹੋਸਪਿਟਲ ਆ ਗਏ, ਉਹਦੇ ਵਿੱਚ ਬੱਸ ਸਟੈਂਡ ਆ ਗਏ, ਉਹਦੇ ਵਿੱਚ DC ਆਫਿਸ ਆ ਗਏ, ਔਰ ਵਿਦ ਪਰਮਿਸ਼ਨ ਆਫ ਦੀ ਐਡਮਿਨਿਸਟ੍ਰੇਸ਼ਨ। ਤਾਂ ਅਸੀਂ ਅਸੀਂ ਕੱਲ੍ਹ ਤੋਂ ਇਹ ਸਟਾਰਟ ਕੀਤੀ ਆ, ਅਤੇ ਉਹਦੇ ਵਿੱਚ ਅਸੀਂ ਸਾਰਿਆਂ ਹੁਣ ਇੱਥੇ ਇਹਨਾਂ ਨੂੰ ਜਿੱਥੇ ਜਿੱਥੇ ਫੁੱਟਫਾਲ ਬਹੁਤ ਆ ਲੋਕਾਂ ਦੀ, ਉਹਨਾਂ ਨੂੰ ਅਸੀਂ ਸੈਨੀਟਾਈਜ਼ ਕਰ ਰਹੇ ਹਾਂ ਸਾਡੀ ਪਾਰਟੀ ਵੱਲੋਂ। ਭਵਾਨੀਗੜ੍ਹ ਦੇ ਵਿੱਚ ਅੱਜ ਅਸੀਂ ਸਿਵਲ ਹੋਸਪਿਟਲ ਆ ਜਿਹੜਾ ਭਵਾਨੀਗੜ੍ਹ, ਇਹ ਸਟਾਰਟ ਕੀਤਾ। ਇਸ ਤੋਂ ਬਾਅਦ ਅਸੀਂ ਜੋ ਸੋਚਿਆ ਕਿ ਜੇ ਸਾਨੂੰ ਸਰਕਾਰ, ਜਿਹੜਾ ਆਪਣੇ ਨਾਲ ਪੁਲਿਸ ਸਟੇਸ਼ਨ ਹੈ ਜੀ, ਉਹਨਾਂ ਨੇ ਪਰਮਿਸ਼ਨ ਦਿੱਤੀ, ਉਹ ਬੱਸ ਸਟੈਂਡ ਅਤੇ ਸਟੇਡੀਅਮ, ਇਹਨਾਂ ਬਾਰੇ ਅਸੀਂ ਸੋਚਿਆ, ਇਹਨਾਂ ਨੂੰ ਸੈਨੀਟਾਈਜ਼ ਕਰਾਂਗੇ। ਜਿਵੇਂ ਕੋਰੋਨਾ ਵੱਧ ਰਹੀ ਹੈ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਭਾਜੀ, ਜਿਵੇਂ ਕੋਰੋਨਾ ਵੱਧ ਰਹੀ ਆ, ਇਹ ਆਪਾਂ ਨੂੰ ਪਤਾ, ਆਪਾਂ ਦੇਖੋ ਰੋਜ਼ ਦੇਖ ਰਹੇ ਹਾਂ ਕਿ ਦਿਨੋ ਦੇ, ਡੇ ਬਾਏ ਡੇ ਜਿਹੜੀ ਹੈਗੀ ਆ ਇਹ ਬਿਮਾਰੀ ਵੱਧ ਰਹੀ ਆ। ਜਿੱਥੇ ਸੈਂਟਰ ਅਤੇ ਸਟੇਟ ਗੌਰਮੈਂਟ ਹੈ ਜਿਹੜੀ, ਉਹ ਬੁਰੀ ਤਰ੍ਹਾਂ ਫੇਲ ਹੋਈ ਹੈ, ਕਿਉਂਕਿ ਸਭ ਨੂੰ ਪਤਾ ਸੀ ਕਿ ਸੈਕਿੰਡ ਵੇਵ ਆਉਣੀ ਆਉਣੀ ਹੈ। ਉਹਨਾਂ ਨੇ ਉਹ ਸੈਕਿੰਡ ਵੇਵ ਦੇ ਆਉਣ ਤੋਂ ਪਹਿਲਾਂ ਜਿਹੜੀਆਂ ਪ੍ਰੋਪਰ ਗਾਈਡਲਾਈਨਸ ਨੇ, ਪ੍ਰੋਪਰ ਪ੍ਰੀਕੋਸ਼ਨਸ ਨੇ, ਇਹਨਾਂ ਸੈਂਟਰ ਗੌਰਮੈਂਟ ਨੇ ਲੈਤੀਆਂ, ਨਾ ਸਟੇਟ ਗੌਰਮੈਂਟ ਨੇ ਲੈਤੀਆਂ, ਇਸ ਕਰਕੇ ਅੱਜ ਇਹਨਾਂ ਦਾ ਬੁਰਾ ਹਾਲ ਆ। ਸੋ ਪਰ ਲੋਕਾਂ ਨੂੰ ਵੀ ਮੈਂ ਕਹਿਣਾ ਕਹੂੰਗਾ ਕਿ ਗੌਰਮੈਂਟ ਨੇ ਜੋ ਕੀਤਾ, ਆਪਾਂ ਨੂੰ ਵੀ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ, ਕਿਉਂਕਿ ਆਪਣੀ ਜ਼ਿੰਦਗੀ ਆਪਦੀ ਆ, ਆਪਾਂ ਨੂੰ ਪ੍ਰੋਪਰ ਆਪਦੇ ਆਪ ਨੂੰ ਸੈਨੀਟਾਈਜ਼ ਕਰਕੇ ਰੱਖਣਾ ਚਾਹੀਦਾ, ਵਾਰੀ ਵਾਰੀ ਹੱਥ ਧੋਵੋ, ਪ੍ਰੋਪਰ ਮਾਸਕ ਲਾ ਕੇ ਰੱਖੋ, ਸੋਸ਼ਲ ਡਿਸਟੈਂਸਿੰਗ ਦੀ ਪ੍ਰੋਪਰ ਉਹਨੂੰ ਫੋਲੋ ਕਰੋ, ਔਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਹੜੀ ਵੈਕਸੀਨੇਸ਼ਨ ਹੈ ਉਹਨੂੰ ਪਲੀਜ਼ ਪ੍ਰੋਪਰ ਵੈਕਸੀਨੇਟ, ਆਪਦੇ ਆਪ ਨੂੰ ਵੈਕਸੀਨੇਸ਼ਨ ਲਗਵਾਓ। ਵੈਕਸੀਨ ਦੀ ਬੜੀ ਘਾਟ ਪੈ ਰਹੀ ਹੈ ਸਰਕਾਰ ਕੋਲ, ਕੀ ਕਹਿਣਾ ਚਾਹੋਗੇ? ਦੇਖੋ, ਉਹੀ ਤਾਂ ਮੈਂ ਤੁਹਾਨੂੰ ਕਹੀ ਜਾਂਦਾ ਭਾਜੀ, ਜਿਹੜੇ ਗਵਰਨਮੈਂਟ ਨੇ ਇਹ ਫੇਲ ਹੋਈਆਂ ਨੇ ਪ੍ਰੋਪਰ ਪਲੈਨਿੰਗ 'ਤੇ, ਇਹਨਾਂ ਨੇ ਇਸ ਚੀਜ਼ ਨੂੰ ਸੀਰੀਅਸਲੀ, ਲੋਕਾਂ ਦੀ ਜਾਨ ਨੂੰ ਸੀਰੀਅਸਲੀ ਲਿੱਤਾ ਹੀ ਨਹੀਂ।
ਘਰੇ ਬੈਠ ਕੇ ਆਪਦੇ ਮਹਿਲਾਂ 'ਚ ਬੈਠ ਕੇ ਜਾਂ ਆਪਦੇ ਘਰੇ ਬੈਠ ਕੇ ਅਖਬਾਰਾਂ 'ਚ ਬਿਆਨ ਦੇ ਕੇ ਤੁਸੀਂ ਕਰੋਨਾ ਨਾਲ ਨਹੀਂ ਲੜ ਸਕਦੇ। ਤੁਹਾਨੂੰ ਜੇ ਤੁਸੀਂ ਜੇ ਵਾਕਈ ਲੋਕਾਂ ਦੇ ਲਈ ਕੁਛ ਕਰਨਾ ਤਾਂ ਤੁਹਾਨੂੰ ਲੋਕਾਂ ਦੇ ਵਿੱਚ ਆਉਣਾ ਪੈਣਾ, ਤੁਹਾਨੂੰ ਲੋਕਾਂ ਦੀ ਸੇਵਾ ਕਰਨੀ ਪੈਣੀ ਹੈ। ਹੁਣ ਵੈਕਸੀਨੇਸ਼ਨ ਹੈ, ਦੇਖੋ ਜਦੋਂ ਆਪਣੇ ਕੋਲ ਵੈਕਸੀਨੇਸ਼ਨ ਦੀ ਇੰਨੀ ਘਾਟ ਆ, ਮੈਨੂੰ ਸਮਝ ਨਹੀਂ ਆਉਂਦੀ ਕਿ ਆਪਾਂ ਨੇ ਪਹਿਲਾਂ ਇੰਨੀ ਵੈਕਸੀਨੇਸ਼ਨ ਬਾਹਰ ਕਿਉਂ ਭੇਜੀ ਮੋਦੀ ਗਵਰਨਮੈਂਟ ਨੇ, ਜਦ ਤੁਹਾਨੂੰ ਪਤਾ ਵੀ ਤੁਹਾਡੀ ਇੰਨੀ ਪਾਪੂਲੇਸ਼ਨ ਹੈ, ਇੰਨੀ ਤੁਹਾਨੂੰ ਵੈਕਸੀਨੇਸ਼ਨ ਚਾਹੀਦੀ ਹੈ। ਤਾਂ ਇਹ ਤਾਂ ਇੱਕ ਅਨਪੜ੍ਹ ਬੰਦੇ ਨੂੰ ਵੀ ਪਤਾ ਬੈਲੈਂਸ ਕਿਵੇਂ ਹੁੰਦਾ, ਬਟ ਨਹੀਂ ਉਹੀ ਗੱਲ ਹੈ ਨਾ ਕਿ ਉਹ ਸਾਡੇ ਪ੍ਰਤੀ ਸਾਨੂੰ ਲੈ ਕੇ ਸੀਰੀਅਸ ਨਹੀਂ ਹੈ। ਭਗਵੰਤ ਮਾਨ ਜੀ ਨੇ ਆਕਸੀਜਨ ਪ੍ਰਬੰਧ ਕਿਉਂ ਨਹੀਂ ਕੀਤਾ ਹੈਗਾ ਜਦੋਂ ਕਿ ਐਮਪੀ ਨੇ ਖਾਲਕੇ ਸੰਗਰੂਰ 'ਚ ਵੀ ਇਹਦੀ ਬੜੀ ਪ੍ਰੋਬਲਮ ਆ ਰਹੀ, ਉਸ ਬਾਰੇ ਕਿਵੇਂ ਸੋਚਦੇ? ਭਗਵੰਤ ਮਾਨ ਸਾਹਿਬ ਨੇ ਜੀ ਪੂਰੇ ਜਿਹੜੇ ਹਲਕੇ ਦੇ ਵਿੱਚ ਨੇ ਆਕਸੀਜਨ ਦੇ, ਉਹ ਜਿਹੜੇ ਤੁਸੀਂ ਗੱਲ ਕਰਦੇ ਹੋ ਆਕਸੀਜਨ ਸੰਗਰੂਰ ਦੇ ਵਿੱਚ, ਜਦੋਂ ਅਸੀਂ ਪਹਿਲਾਂ ਸਿਵਲ ਹਸਪੀਟਲ ਗਏ ਸੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਸੀ ਤਾਂ ਉਹ ਕਹਿੰਦੇ ਵੀ ਸਾਡੇ ਕੋਲ ਇਸ ਆਕਸੀਜਨ ਦੀ ਪ੍ਰੋਪਰ ਹੈਗੀ, ਸਾਡੇ ਕੋਲ ਇਹਦੀ ਕੋਈ ਘਾਟ ਮਹਿਸੂਸ ਨਹੀਂ ਹੋ ਰਹੀ। ਅਸੀਂ ਉਹਨਾਂ ਨੂੰ ਕਿਹਾ ਵੀ ਸੀ, ਮਾਨ ਸਾਹਿਬ ਨੇ ਵੀ ਕਿਹਾ ਸੀ ਵੀ ਜੇ ਤੁਹਾਨੂੰ ਇਸ ਦੀ ਘਾਟ ਮਹਿਸੂਸ ਹੋਈ, ਜੇ ਤੁਹਾਨੂੰ ਲੱਗਿਆ ਵੀ ਤੁਹਾਨੂੰ ਆਕਸੀਜਨ ਦੀ ਲੋੜ ਹੈ ਤਾਂ ਸਾਨੂੰ ਜ਼ਰੂਰ ਦੱਸਿਓ, ਤਾਂ 100% ਮਾਨ ਸਾਹਿਬ ਵੱਲੋਂ ਉਪਲਬਧ ਕਰਵਾਈ ਜਾਊਗੀ। ਬਟ ਉਹ ਕਹਿੰਦੇ ਸਾਡੇ ਕੋਲ ਹੁਣ ਪੂਰੀ ਆਕਸੀਜਨ ਹੈਗੀ, ਸਾਡੇ ਕੋਲ ਇਸ ਦੀ ਕੋਈ ਘਾਟ ਹਾਲੇ ਮਹਿਸੂਸ ਹੈ ਨਹੀਂ। ਲੋਕਡਾਊਨ ਨੂੰ ਕਿਵੇਂ ਦੇਖਦੇ ਜਿਵੇਂ ਸਰਕਾਰ ਲੋਕਡਾਊਨ ਕਰ ਰਹੀ ਹੈ ਤੇ ਲੋਕਾਂ 'ਚ ਹਾਹਾਕਾਰ ਮੱਚੀ ਹੋਈ ਹੈ, ਕਿਸ ਤਰ੍ਹਾਂ ਲੋਕ ਦੇ ਕੀ ਹੋਣਾ ਚਾਹੀਦਾ ਹੈ? ਦੇਖੋ ਮੈਂ ਇਹ ਮੇਰਾ ਇੱਕ ਆਪਦਾ ਇੰਡੀਵਿਜੁਅਲ ਮੰਨਣਾ ਹੈ ਜੀ, ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਾਂ ਤਾਂ ਇਹਨੂੰ ਪ੍ਰੋਪਰ ਲੋਕਡਾਊਨ ਕਰ ਦੇਣ, 15 ਦਿਨਾਂ ਲਈ ਪ੍ਰੋਪਰ ਲੋਕਡਾਊਨ ਕਰ ਦੇਣ, ਜਿਹਦੇ ਨਾਲ ਕਿ ਚੇਨ ਟੁੱਟ ਜੂ। ਠੀਕ ਹੈ, ਨਹੀਂ ਦੇਖੋ ਨਾ ਤਾਂ ਉਹਨੇ ਲੋਕਡਾਊਨ ਹੈ ਨਾ ਇਹ ਖੁੱਲ੍ਹਾ, ਨਾ ਹੁਣ ਅਸੀਂ ਕੰਮ ਕਰ ਸਕਦੇ ਹਾਂ ਨਾ ਅਸੀਂ ਘਰੇ ਬੈਠ ਸਕਦੇ ਹਾਂ, ਤਾਂ ਇਸ ਕਰਕੇ ਬੜੀ ਲੋਕਾਂ ਦੇ ਵਿੱਚ ਨਾ ਮਤਲਬ ਬੜਾ ਮੈਲਾਫਾਈਡ ਜਿਹਾ ਲੱਗਦਾ, ਬੜਾ ਲੋਕਾਂ ਦੇ ਵਿੱਚ ਇੱਕ ਵਿਚਿੱਤੀ 'ਚ ਫਸੇ ਹੋਏ ਨੇ ਕਿ ਅਸੀਂ ਕੀ ਕਰੀਏ। ਸੋ ਮੇਰੀ ਸਰਕਾਰ ਨੂੰ ਬੇਨਤੀ ਹੈ, ਆਇਦਰ ਇਹਨੂੰ ਪ੍ਰੋਪਰ 15 ਦਿਨਾਂ ਲਈ ਬੰਦ ਕਰ ਦੇਣ ਜਾਂ ਇਹਨੂੰ ਪ੍ਰੋਪਰ ਖੋਲ੍ਹ ਦੇਣ, ਦੀ ਲੋਕ ਆਪਦੀ ਪ੍ਰਿਕੋਸ਼ਨ ਆਪ ਰੱਖਣ। ਓਕੇ।